ਹਿਮਾਚਲ ਘੁੰਮਣ ਜਾਣ ਵਾਲੇ ਹੋ ਜਾਵੋ ਸਾਵਧਾਨ। ਹੁਣ ਬਿਨਾਂ ਬੈਗ ਤੋਂ ਨਹੀਂ ਮਿਲੇਗੀ ਐਂਟਰੀ। ਜਿੰਨਾ ਸਮਾਂ ਪਹਾੜਾਂ 'ਚ ਰਹੋਗੇ ਆਪਣਾ ਕੂੜਾ ਆਪ ਚੁੱਕੋਗੇ। ਕੂੜੇ ਨੂੰ ਇਕੱਠਾ ਕਰਕੇ ਲਿਜਾਣਾ ਪਏਗਾ ਵਾਪਸ। ਜੀ ਹਾਂ, ਹਾਈ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਏ। ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਬੈਂਚ ਨੇ ਆਦੇਸ਼ ਦਿੱਤੇ ਨੇ, ਟੂਰਿਸਟ ਇੱਕ ਵੱਡਾ ਗਾਰਬੇਜ ਬੈਗ ਆਪਣੇ ਨਾਲ ਲੈ ਕੇ ਆਉਣ। ਵਿਜ਼ਿਟ ਦੇ ਦੌਰਾਨ ਕੂੜੇ ਨੂੰ ਬੈਗ ਦੇ ਵਿੱਚ ਆਪਣੇ ਨਾਲ ਲੈ ਕੇ ਜਾਣ। ਬਿਨਾਂ ਗਾਰਬੇਜ ਬੈਗ ਹਿਮਾਚਲ ਪ੍ਰਦੇਸ਼ ਦੇ ਵਿੱਚ ਹੁਣ ਐਂਟਰੀ ਨਹੀਂ ਹੋਵੇਗੀ। ਹਿਮਾਚਲ ਘੁੰਮਣ ਜਾਣ ਵਾਲਿਆਂ ਦੇ ਲਈ ਇਹ ਅਹਿਮ ਖਬਰ ਹੈ। ਹਾਈ ਕੋਰਟ ਨੇ ਸਸਟੇਨੇਬਲ ਟੂਰਿਜ਼ਮ ਨਾਲ ਜੁੜਿਆ ਇੱਕ ਵੱਡਾ ਫੈਸਲਾ ਸੁਣਾਇਆ ਏ। ਦੱਸਦੇ ਕਿ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਬੈਂਚ ਨੇ ਆਦੇਸ਼ ਦਿੰਦਿਆਂ ਕਿਹਾ ਕਿ ਟੂਰਿਸਟ ਇੱਕ ਵੱਡਾ ਗਾਰਬੇਜ ਬੈਗ ਆਪਣੇ ਨਾਲ ਲੈ ਕੇ ਆਉਣ। ਵਿਜ਼ਿਟ ਦੇ ਦੌਰਾਨ ਇਕੱਠੇ ਹੋਏ ਕੂੜੇ ਨੂੰ ਆਪਣੇ ਬੈਗ ਦੇ ਵਿੱਚ ਪਾਉਣ ਅਤੇ ਆਪਣੇ ਨਾਲ ਲੈ ਕੇ ਹੀ ਵਾਪਸ ਜਾਣ। ਹਰ ਸਾਲ ਲੱਖਾਂ ਸੈਲਾਨੀ ਹਿਮਾਚਲ ਪ੍ਰਦੇਸ਼ ਆਉਂਦੇ ਨੇ। ਇੱਥੇ ਸਿਰਫ ਭਾਰਤੀ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਸੈਲਾਨੀ ਗਰਮੀਆਂ ਦੇ ਮੌਸਮ ਦੇ ਵਿੱਚ ਪਹਾੜਾਂ ਵੱਲ ਘੁੰਮਣ ਦੇ ਲਈ ਜਾਂਦੇ ਨੇ। ਇੱਥੇ ਸੈਲਾਨੀਆਂ ਦੀ ਆਮਦ ਕਾਰਨ ਹਿਮਾਚਲ ਦੇ ਵਿੱਚ ਕਾਫੀ ਕੂੜਾ ਕਰਕਟ ਅਤੇ ਰਹਿੰਦ ਖੂੰਹਦ ਇਕੱਠੀ ਹੋ ਜਾਂਦੀ ਹੈ। ਇਸੇ ਦੇ ਮੱਦੇਨਜ਼ਰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਨਵਾਂ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸੂਬੇ ਦੇ ਵਿੱਚ ਆਉਣ ਵਾਲੇ ਸੈਲਾਨੀਆਂ ਦੇ ਲਈ ਕੂੜੇ ਦੇ ਬੈਗ ਲਾਜ਼ਮੀ ਕਰ ਦਿੱਤੇ ਨੇ ਤਾਂ ਜੋ ਉਹ ਉੱਥੇ ਆ ਕੇ ਆਪਣਾ ਕੂੜਾ ਵਾਪਸ ਲੈ ਕੇ ਜਾਣ। ਇੱਕ ਤਰੀਕੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਪਹਾੜਾਂ ਦੇ ਵਿੱਚ ਕੂੜਾ ਕਰਕਟ ਨਾ ਹੋਵੇ। ਪਹਾੜਾਂ ਦੇ ਵਿੱਚ ਵਾਤਾਵਰਨ ਬਹੁਤ ਵਧੀਆ ਸ਼ੁੱਧ ਹੁੰਦਾ ਹੈ, ਪਰ ਬਹੁਤ ਸਾਰੇ ਸੈਲਾਨੀ ਉੱਥੇ ਜਾਂਦੇ ਨੇ ਜਿਸ ਕਾਰਨ ਬਹੁਤ ਸਾਰਾ ਕੂੜਾ ਇੱਥੇ ਇਕੱਠਾ ਹੋ ਜਾਂਦਾ ਹੈ ਅਤੇ ਵਾਤਾਵਰਨ ਪ੍ਰਦੂਸ਼ਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਵਾਤਾਵਰਨ ਸੰਬੰਧੀ ਚਿੰਤਾਵਾਂ ਦੇ ਨਾਲ ਜੁੜੀਆਂ ਜਨਹਿਤ ਪਟੀਸ਼ਨਾਂ 'ਤੇ ਸੁਣਵਾਈ ਹੋਈ, ਜਿਸ 'ਤੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਸੂਬੇ ਦੇ ਵਿੱਚ ਵਾਤਾਵਰਨ ਨਾਲ ਸੰਬੰਧਿਤ ਕੂੜਾ ਪ੍ਰਬੰਧਨ ਪ੍ਰਣਾਲੀ ਨੂੰ ਸੁਧਾਰਨ ਦੇ ਹੁਕਮ ਦਿੱਤੇ ਨੇ ਔਰ ਨਵੇਂ ਰੂਲਸ ਲਾਗੂ ਕੀਤੇ ਗਏ ਨੇ ਕਿ ਜੋ ਵੀ ਇੱਥੇ ਘੁੰਮਣ ਜਾਵੇਗਾ ਆਪਣਾ ਗਾਰਬੇਜ ਬੈਗ ਆਪਣੇ ਨਾਲ ਲੈ ਕੇ ਜਾਵੇਗਾ। ਜੋ ਵੀ ਕੂੜਾ ਕਰਕਟ ਉਸਨੇ ਸੁੱਟਣਾ ਹੁੰਦਾ ਉਹ ਸੁੱਟਣ ਦੀ ਥਾਂ ਉਸ ਗਾਰਬੇਜ ਬੈਗ ਦੇ ਵਿੱਚ ਪਾਏਗਾ ਅਤੇ ਆਪਣੇ ਨਾਲ ਵਾਪਸ ਲੈ ਕੇ ਜਾਵੇਗਾ। ਕਿਉਂਕਿ ਬਹੁਤ ਸਾਰੇ ਸੈਲਾਨੀ ਭਾਰਤ ਸਣੇ ਵੱਖ ਵੱਖ ਮੁਲਕਾਂ ਤੋਂ ਇੱਥੇ ਘੁੰਮਣ ਦੇ ਲਈ ਆਉਂਦੇ ਨੇ। ਵਾਤਾਵਰਨ ਕਾਫੀ ਸ਼ੁੱਧ ਹੁੰਦਾ ਹੈ, ਠੰਡੀਆਂ ਹਵਾਵਾਂ ਹੁੰਦੀਆਂ ਨੇ ਔਰ ਹਿਮਾਚਲ ਦੇ ਲੋਕ ਖਾਸ ਕਰਕੇ ਜਿਨ੍ਹਾਂ ਦੇ ਵੱਲੋਂ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਹਿਮਾਚਲ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਗੰਦ ਨਾ ਪਏ, ਕੂੜਾ ਕਰਕਟ ਕਿਸੇ ਵੀ ਤਰ੍ਹਾਂ ਦੇ ਕਾਗਜ਼ ਇੱਥੇ ਰੈਪਰ ਨਾ ਸੁੱਟੇ ਜਾਣ। ਇਸ ਕਰਕੇ ਹੁਣ ਹਾਈ ਕੋਰਟ ਦੇ ਵੱਲੋਂ ਇਹ ਸਾਫ਼ ਤੌਰ 'ਤੇ ਕਹਿ ਦਿੱਤਾ ਕਿ ਜੋ ਵੀ ਦੂਜੇ ਸੂਬਿਆਂ ਤੋਂ ਇੱਥੇ ਘੁੰਮਣ ਆਵੇਗਾ ਆਪਣੇ ਨਾਲ ਗਾਰਬੇਜ ਬੈਗ ਨਾਲ ਲੈ ਕੇ ਆਵੇਗਾ। ਕੂੜਾ ਕਰਕਟ ਜੋ ਪਹਿਲਾਂ ਸੁੱਟਦੇ ਸੀ ਹੁਣ ਸੁੱਟਣ ਦੀ ਥਾਂ ਉਸ ਗਾਰਬੇਜ ਬੈਗ ਦੇ ਵਿੱਚ ਪਾ ਕੇ ਉਹਨਾਂ ਨੂੰ ਵਾਪਸ ਲਿਆਉਣਾ ਹੋਵੇਗਾ। ਬਿਨਾਂ ਗਾਰਬੇਜ ਬੈਗ ਤੋਂ ਹਿਮਾਚਲ ਦੇ ਵਿੱਚ ਸੈਲਾਨੀਆਂ ਦੀ ਹੁਣ ਐਂਟਰੀ ਨਹੀਂ ਹੋਵੇਗੀ।